Guys, on my YouTube channel, you are watching my channel Als with Sophia. And guys, one thing more that oh, to mainu badi khushi hundi hai jadon tusi mere videos nu like kar deo, comment kar deo. And one thing more, jadon tusi mere video, to mainu badi khushi hundi hai ki jadon tusi mere videos nu pura dekh deo. Really, guys, I feel proud upon myself that really I am helping you in these days. ਜਦੋਂ ਕਿ ਇੰਸਟੀਟਿਊਟ ਬੰਦ ਹੈ ਤੇ ਮੈਂ ਤੁਹਾਡੀ ਹੈਲਪ ਕਰਨ ਦੀ ਐਟਲੀਸਟ ਕੋਸ਼ਿਸ਼ ਤਾਂ ਕਰ ਰਹੀ ਹਾਂ ਤੇ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਵੈ ਸੋ ਪਲੀਜ਼ ਗਾਈਜ਼ ਕੀਪ ਗੋਇੰਗ ਲਾਈਕ ਮਾਈ ਐਵਰੀ ਵੀਡੀਓ ਆਲਸੋ ਸ਼ੇਅਰ ਗਾਈਜ਼ ਆਲਸੋ ਗਾਈਜ਼ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ ਓਕੇ ਗਾਈਜ਼ ਨਾਓ ਵੀ ਵਿਲ ਡੂ ਥਰਡ ਕਿਊ ਕਾਰਡ ਲਾਈਕ ਅ ਨਿਊ ਕਿਊ ਕਾਰਡ ਮੇ ਟੂ ਅਗਸਟ ਗਾਈਜ਼ ਅੱਜ ਆਪਾਂ ਥਰਡ ਕਿਊ ਕਾਰਡ ਕਰਨ ਲੱਗੇ ਹਾਂ ਠੀਕ ਹੈ ਥਰਡ ਕਿਊ ਕਾਰਡ ਕਿਹੜਾ ਹੈਗਾ ਵੈ ਡਿਸਕ੍ਰਾਈਬ ਅ ਲਾ ਠੀਕ ਹੈ ਔਨ ਇਨਵਾਇਰਮੈਂਟ ਪ੍ਰੋਟੈਕਸ਼ਨ ਕੋਈ ਵੀ ਤੁਸੀਂ ਇੱਕ ਲਾ ਦੱਸਣਾ ਵੈ ਕੋਈ ਵੀ ਇੱਕ ਤੁਸੀਂ ਰੂਲ ਦੱਸਣਾ ਵੈ ਜਿਹੜਾ ਇਨਵਾਇਰਮੈਂਟ ਦੀ ਪ੍ਰੋਟੈਕਸ਼ਨ ਦੇ ਲਈ ਕੀ ਹੈ ਬਣਾਇਆ ਗਿਆ ਵੈ ਠੀਕ ਹੈ ਇਹਦਾ ਆਪਾਂ ਸੈਂਪਲ ਆਂਸਰ ਦੇਖਦੇ ਹਾਂ ਗਾਈਸ ਵਿਸ਼ਵਾਸ ਕਰੋ ਮੈਂ ਬਹੁਤ ਜ਼ਿਆਦਾ ਈਜ਼ੀ ਸੈਂਪਲ ਆਂਸਰ ਤੁਹਾਡੇ ਵਾਸਤੇ ਬਣਾਇਆ ਵੈ ਸੋ ਪਲੀਜ਼ ਵਾਚ ਦਿਸ ਵੀਡੀਓ ਟਿਲ ਐਂਡ ਐਂਡ ਇਫ ਯੂ ਲਾਈਕ ਮਾਈ ਦਿਸ ਵੀਡੀਓ ਦੈਨ ਪਲੀਜ਼ ਡੋਂਟ ਫੋਰਗੈਟ ਟੂ ਸ਼ੇਅਰ ਮਾਈ ਵੀਡੀਓ ਮੋਰ ਐਂਡ ਮੋਰ ਐਂਡ ਆਲਸੋ ਕਲਿੱਕ ਲਾਈਕ ਬਟਨ ਨਾਓ ਗਾਈਸ ਵੀ ਵਿਲ ਸਟਾਰਟ ਪਹਿਲਾਂ ਥੋੜਾ ਜਿਹਾ ਸਟਾਰਟਿੰਗ ਦੱਸ ਦਿੰਨੇ ਆਪਣੇ ਕਿਊ ਕਾਰਡ ਦੀ ਕਿੱਥੋਂ ਆਪਾਂ ਸਟਾਰਟ ਕਰਾਂਗੇ ਦੇਅਰ ਆਰ ਨਿਊਮਰਸ ਇਸ਼ੂਸ ਇਨ ਮਾਈ ਕੰਟਰੀ ਵਿਚ ਆਰ ਇਨਕਰੀਜ਼ਿੰਗ ਵਿਦ ਹਾਈ ਸਪੀਡ ਕਹਿੰਦੇ ਬਹੁਤ ਸਾਰੇ ਇਸ਼ੂਸ ਹੈ ਜਿਹੜੇ ਮੇਰੇ ਕੰਟਰੀ ਦੇ ਵਿੱਚ ਕੀ ਹੈ ਹਾਈ ਸਪੀਡ ਦੇ ਨਾਲ ਤੇਜ਼ੀ ਦੇ ਨਾਲ ਵੱਧ ਰਹੇ ਆ ਠੀਕ ਹੈ ਲਾਈਕ ਸਮੋਕਿੰਗ ਕਰਪਸ਼ਨ ਪ੍ਰੋਬਲਮ ਆਫ ਹਾਈ ਟ੍ਰੈਫਿਕ ਐਂਡ ਮੈਨੀ ਮੋਰ ਠੀਕ ਹੈ ਆਪਣਾ ਫਸਟ ਕੁਐਸਚਨ ਕੀ ਹੈ ਵਟ ਇਟ ਇਜ਼ ਕਿਹੜਾ ਲਾਭ ਹੈ ਤੁਹਾਡਾ ਇਨਵਾਇਰਮੈਂਟ ਪ੍ਰੋਟੈਕਸ਼ਨ ਦਾ ਠੀਕ ਹੈ ਪਹਿਲਾਂ ਆਪਾਂ ਦੱਸਤਾ ਕਿ ਬਹੁਤ ਸਾਰੀਆਂ ਪ੍ਰੋਬਲਮਸ ਹੈ ਸਮੋਕਿੰਗ ਕਰਪਸ਼ਨ ਪ੍ਰੋਬਲਮ ਆਫ ਹਾਈ ਟ੍ਰੈਫਿਕ ਵਗੈਰਾ ਠੀਕ ਹੈ ਹੁਣ ਆਪਾਂ ਦੱਸਣ ਲੱਗੇ ਹਾਂ ਕਿ ਆਪਾਂ ਇੱਥੇ ਕਿਹੜੇ ਲਾਅ ਦੀ ਗੱਲ ਕਰਾਂਗੇ ਬਟ ਹੇਅਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਦੈਟ ਪ੍ਰੋਬਲਮ ਵਿਚ ਹੈਜ਼ ਰੀਚਡ ਇੱਥੇ ਮੈਂ ਪ੍ਰੈਜੈਂਟ ਪਰਫੈਕਟ ਕੀਤਾ ਵੈ ਯੂਜ਼ ਟੈਂਸ ਗਾਈਸ ਕਿਉਂਕਿ ਕੰਮ ਹੋ ਚੁੱਕਾ ਵੈ ਠੀਕ ਹੈ ਦੇਖੋ ਧਿਆਨ ਨਾਲ ਵਿਚ ਹੈਜ਼ ਰੀਚਡ ਔਨ ਪੀਕ ਪੁਆਇੰਟ ਦੈਟ ਇਜ਼ ਅ ਪ੍ਰੋਬਲਮ ਆਫ ਡੀਫੋਰੈਸਟੇਸ਼ਨ ਡੀਫੋਰੈਸਟੇਸ਼ਨ ਦੀ ਪ੍ਰੋਬਲਮ ਕੀ ਹੈ ਪੀਕ ਪੁਆਇੰਟ ਤੇ ਪਹੁੰਚ ਚੁੱਕੀ ਹੈ ਸੋ ਦੈਟਸ ਵਾਈ ਆਈ ਯੂਜ਼ਡ ਹੇਅਰ ਹੈਜ਼ ਨਾਓ ਡੇਸ ਗ੍ਰੀਨਰੀ ਏਰੀਆ ਹੈਜ਼ ਟੋਟਲੀ ਕਨਵਰਟਡ ਗ੍ਰੀਨਰੀ ਏਰੀਆ ਕਨਵਰਟ ਹੋ ਚੁੱਕਾ ਵੈ ਸੋ ਅਗੇਨ ਆਈ ਯੂਜ਼ਡ ਹੈਜ਼ ਸਿੰਗੂਲਰ ਹੈ ਗ੍ਰੀਨਰੀ ਏਰੀਆ ਸੋ ਦੈਟਸ ਵਾਈ ਆਈ ਯੂਜ਼ਡ ਹੈਜ਼ ਟੋਟਲੀ ਕਨਵਰਟਡ ਹੋ ਚੁੱਕਾ ਵੈ ਵਰਬ ਦੀ ਥਰਡ ਫਾਰਮ ਹੈਜ਼ ਹੈਵ ਦੇ ਨਾਲ ਵਰਬ ਦੀ ਥਰਡ ਫਾਰਮ ਕਿਹਦੇ ਚ ਕਨਵਰਟ ਹੋ ਚੁੱਕਾ ਵੈ ਇੰਟੂ ਫੈਕਟਰੀਜ਼ ਐਂਡ ਮਲਟੀਨੈਸ਼ਨਲ ਕੰਪਨੀਜ਼ ਜਸਟ ਫੋਰ ਅਰਨਿੰਗ ਮਨੀ ਕਹਿੰਦੇ ਕਿ ਜਿਹੜਾ ਵੈ ਗ੍ਰੀਨਰੀ ਏਰੀਆ ਕਨਵਰਟ ਹੋ ਚੁੱਕਾ ਵੈ ਫੈਕਟਰੀਜ਼ ਤੇ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਜਸਟ ਫੋਰ ਅਰਨਿੰਗ ਮਨੀ ਹਾਊ ਯੂ ਲਰਨਡ ਜਿਹੜੀ ਤੁਸੀਂ ਪ੍ਰੋਬਲਮ ਦੀ ਗੱਲ ਕਰਨ ਜਾ ਰਹੇ ਹੋ ਹੁਣ ਤੁਹਾਨੂੰ ਪ੍ਰੋਬਲਮ ਕਿੱਦਾਂ ਪਤਾ ਲੱਗੀ ਐਕਚੁਅਲੀ ਦਿਸ ਇਸ਼ੂ ਆਈ ਨੋ ਐਟ ਦੈਟ ਟਾਈਮ ਵੈਨ ਆਈ ਵਾਸ ਇਨ ਦਾ ਮੈਟਰੀਕੁਲੇਸ਼ਨ ਕਲਾਸ ਮੈਟਰੀਕੁਲੇਸ਼ਨ ਕਲਾਸ ਕਿਹੜੀ ਹੁੰਦੀ ਹੈ 10th ਕਲਾਸ ਆਈ ਰਿਮੈਂਬਰ ਦੈਟ ਵਨ ਡੇ ਅ ਸਮਾਲ ਕੈਂਪ ਅਬਾਊਟ ਦਾ ਪੋਲਿਊਸ਼ਨ ਵਾਸ ਆਰਗਨਾਈਜ਼ਡ ਬਾਈ ਸਾਇੰਸ ਟੀਚਰ ਇਨ ਵਿਚ ਆਈ ਨਿਊ ਦੈਟ ਦੈਟ ਡੀਗ੍ਰੇਡੇਸ਼ਨ ਹੈਜ਼ ਮੇਜਰ ਇਫੈਕਟ ਔਨ ਦੀ ਐਟਮੋਸਫੇਅਰ ਕਿ ਡੀਗ੍ਰੇਡੇਸ਼ਨ ਦਾ ਮੇਜਰ ਇਫੈਕਟ ਪੈ ਚੁੱਕਾ ਵੈ ਆਪਣੇ ਐਟਮੋਸਫੇਅਰ ਤੇ ਦੇਖੋ ਇੱਥੇ ਮੈਂ ਯੂਜ਼ ਕੀਤਾ ਓਬਜੈਕਟ ਹੈਲਪਿੰਗ ਵਰਬ ਵਰਬ ਦੀ ਥਰਡ ਫਾਰਮ ਸਬਜੈਕਟ ਪੈਸਿਵ ਕਹਿੰਦੇ ਕਿ ਇੱਕ ਸਮਾਲ ਕੈਂਪ ਆਰਗਨਾਈਜ਼ ਕੀਤਾ ਗਿਆ ਸੀ ਸਾਡੇ ਸਕੂਲ ਦੇ ਵਿੱਚ ਸਾਇੰਸ ਟੀਚਰ ਦੇ ਦੁਆਰਾ ਪੋਲਿਊਸ਼ਨ ਦੇ ਰਿਗਾਰਡਿੰਗ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਡੀਗ੍ਰੇਡੇਸ਼ਨ ਹੈ ਜਿਹੜਾ ਡੀਫੋਰੈਸਟੇਸ਼ਨ ਦੀ ਪ੍ਰੋਬਲਮ ਹੈ ਕਿ ਇਹ ਐਟਮੋਸਫੇਅਰ ਦੇ ਵਿੱਚ ਇੱਕ ਮੇਜਰ ਪ੍ਰੋਬਲਮ ਬਣ ਕੇ ਰਹਿ ਗਿਆ ਵੈ ਠੀਕ ਹੈ ਪਲੇਥੋਰਾ ਆਫ ਪਰਸਨਸ ਫੇਸ ਹੈਲਥ ਪ੍ਰੋਬਲਮਸ ਠੀਕ ਹੈ ਨੰਬਰ ਆਫ ਪਰਸਨਸ ਲੋਟਸ ਆਫ ਪਰਸਨਸ ਜਸਟ ਬਿਕੋਜ਼ ਆਫ ਪੋਲਿਊਟਿੰਗ ਇਨਵਾਇਰਮੈਂਟ ਇਨਵਾਇਰਮੈਂਟ ਪੋਲਿਊਟ ਹੋ ਰਿਹਾ ਵੈ ਤਾਂ ਆਫ ਕੋਰਸ ਗਾਈਸ ਪ੍ਰੋਬਲਮਸ ਫੇਸ ਹੋਣਗੀਆਂ ਲੋਕਾਂ ਦੇ ਦੁਆਰਾ ਹੈਲਥ ਰਿਗਾਰਡਿੰਗ ਦੇਖੋ ਹੁਣ ਆਪਣਾ ਥਰਡ ਕੁਐਸਚਨ ਕੀ ਹੈ ਐਗਜ਼ਾਮਪਲ ਦੇਣੀ ਹੋਵੇ ਰੈਸਪੀਰੇਟਰੀ ਪ੍ਰੋਬਲਮ ਹੋ ਗਿਆ ਹਾਰਟ ਰਿਗਾਰਡਿੰਗ ਪ੍ਰੋਬਲਮ ਹੋ ਗਿਆ ਠੀਕ ਫਰੈਸ਼ ਏਅਰ ਦੇ ਰਿਗਾਰਡਿੰਗ ਹੋ ਗਿਆ ਠੀਕ ਹੈ ਹੁਣ ਆਪਾਂ ਥਰਡ ਕੁਐਸਚਨ ਦੇਖਦੇ ਹਾਂ ਕਿ ਥਰਡ ਕੁਐਸਚਨ ਕੀ ਹੈ ਜਿਹੜਾ ਲੋ ਬਣਿਆ ਵੈ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਦਾ ਬੈਨੀਫਿਟ ਕੌਣ ਲੈਂਦਾ ਵੈ ਆ ਟੀਚਰ ਆਰ ਬੋਲੀਦਾ ਇਹਨੂੰ ਅਵਰ ਨਹੀਂ ਬੋਲੀਦਾ ਆ ਟੀਚਰ ਆਲਸੋ ਟੋਲਡ ਆਸ ਦੈਟ ਗਵਰਨਮੈਂਟ ਮੇਕ ਨਿਊਮਰਸ ਸਾਰੇ ਰੂਲਸ ਬਣਾਉਂਦੀ ਹੈ ਗਵਰਨਮੈਂਟ ਟੂ ਪ੍ਰੀਵੈਂਟ ਦੀ ਏਰੀਆ ਆਫ ਸਰਾਊਂਡਿੰਗ
रिसेंटली वन स्ट्रिक्ट रूल हैज मेड बाय द लीगल बॉडीज, लीगल बॉडीज आर सिनोनिम गवर्नमेंट, दैट इफ एनीबॉडी विल कट द ट्री ही और शी विल नॉट ओनली पे ह्यूज अमाउंट ऑफ मनी बट ऑल्सो गेट पनिशमेंट फॉर सेवरल ईयर्स। इतने में यूज किया नॉट ओनली बट ऑल ही, वो सिर्फ एक ह्यूज अमाउंट दे विच पैसे ही नहीं पे करेगा बल्कि उन्हों पनिशमेंट भी दी जाएगी कई सालों के लिए। ठीक है, लीगल बॉडीज के द्वारा ये रूल बनाया गया, हैज मेड बनाया जा चुका है। ठीक है कि जेकर कोई ट्रीज कट करेगा तो उन्हें ह्यूज अमाउंट ही सिर्फ पे नहीं करनी पवेगी बल्कि उन्हों पनिशमेंट भी लोंग टाइम के लिए दी जाएगी। दिस थिंग इज वेरी बेनीफिशियल फॉर एवरीवन, ये थिंग है जेडी हरेक दे लिए बहुत ज्यादा फायदेमंद है, बहुत ज्यादा बेनीफिशियल है, बिकॉज एवरी Everybody get fresh air from the trees for breathing. ठीक है, for preposition है जिन्हों तुसी preposition में बोलते हो, ते preposition दे नाल आपा की use कर दें verb the first form plus ing. ठीक है, केंदे कि हरेक दे ले ये beneficial rule होवेगा क्योंकि हर कोई fresh air कितनों लेंदा वे from trees तो। हम अपना last question है guys and explain how you feel about that. I feel over the moon that I belong to that nation where government make that type of rules which are crucial for the welfare of society. ਇਹਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਨੇਸ਼ਨ ਨੂੰ ਬਿਲੋਂਗ ਕਰਦਾ ਮੈਂ ਜਿੱਥੇ ਗਵਰਨਮੈਂਟ ਬਹੁਤ ਸਾਰੇ ਰੂਲਸ ਬਣਾਉਂਦੀ ਹੈ ਸੋਸਾਇਟੀ ਦੇ ਵੈਲਫੇਅਰ ਲਈ, ਸੋਸਾਇਟੀ ਦੇ ਕਲਿਆਣ ਦੇ ਲਈ। ਨਾਓ ਐਂਡਿੰਗ ਦੇ ਵਿੱਚ ਹੁਣ ਤੁਸੀਂ ਕੀ ਕਹਿ ਸਕਦੇ ਹੋ? ਸੋ ਦੈਟ ਵਾਸ ਦਾ ਲਾਅ ਫੋਰ ਦ ਇਨਵਾਇਰਮੈਂਟ ਪ੍ਰੋਟੈਕਸ਼ਨ ਵਿਚ ਆਈ ਸ਼ੇਅਰਡ ਇਨ ਫਰੰਟ ਆਫ ਯੂ। ਠੀਕ ਹੈ, ਇਹ ਵਾਲਾ ਲਾਅ ਸੀ ਜਿਹੜਾ ਮੈਂ ਤੁਹਾਡੇ ਸਾਹਮਣੇ ਸ਼ੇਅਰ ਕੀਤਾ ਇਨਵਾਇਰਮੈਂਟ ਪ੍ਰੋਟੈਕਸ਼ਨ ਦੇ ਰਿਗਾਰਡਿੰਗ। ਓਕੇ ਗਾਈਸ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ।